ਇਹ ਜੋ ਫੈਸਲਾ ਇਲੈਕਸ਼ਨ ਕਮਿਸ਼ਨ ਨੇ ਲਿਆ ਵਾ, ਇਹ ਬਹੁਤ ਗਲਤ ਫੈਸਲਾ ਲਿਆ ਵਾ। ਬਹੁਤ ਲੰਮਾ ਸਮਾਂ ਹੋ ਗਿਆ SIT ਬਣਿਆ ਨੂੰ, ਔਰ ਇਹ ਜਿਹੜੀ ਇਨਕੁਆਇਰੀ ਆ, ਜਿਹੜੀ ਸਾਰੀ ਇਨਵੈਸਟੀਗੇਸ਼ਨ ਆ, ਉਹ ਹੁਣ ਸਮਾਪਤੀ 'ਤੇ ਆਈ ਸੀ, ਖਤਮ ਹੋਣ ਲੱਗੀ ਸੀ ਕਿ ਅਚਾਨਕ ਉਹਨਾਂ ਨੇ ਇਹਦਾ ਜਿਹੜਾ ਵਾ ਉਹ ਉੱਥੋਂ ਤਬਾਦਲਾ ਕਰ ਦਿੱਤਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਲੋਕ ਜਿਹੜੇ ਇਨਸਾਫ਼ ਦੀ ਉਡੀਕ ਕਰਦੇ ਸੀ ਨਾ, ਉਹ ਬਹੁਤ ਸਭ ਲੋਕਾਂ ਨੂੰ ਬਹੁਤ ਇਸ ਗੱਲ ਦਾ ਧੱਕਾ ਲੱਗਾ। ਇਹ ਬਹੁਤ ਗਲਤ ਗੱਲ ਹੋਈ ਆ। ਵਿਜੇ ਪ੍ਰਤਾਪ ਸਿੰਘ ਜਿਹੜਾ ਮੈਂ ਸਮਝਦਾ, ਜੋ ਮੈਂ ਨਹੀਂ ਸਮਝਦਾ, ਸਾਰੀ ਦੁਨੀਆ ਸਮਝਦੀ ਹੈ ਕਿ ਉਹਦੇ ਵਰਗਾ ਕੋਈ ਇਨਸਾਫ਼ ਸੰਦ ਔਰ ਜਿਹੜਾ ਨੇਕ ਜਿਹੜਾ ਅਫਸਰ ਆ ਉਹ ਕੋਈ ਹੋ ਨਹੀਂ ਸਕਦਾ। ਜੇ ਉਹ ਨਹੀਂ ਕਿਸੇ ਨੂੰ ਇਨਸਾਫ਼ ਦੇ ਸਕਦਾ ਤਾਂ ਮੈਂ ਨਹੀਂ ਸਮਝਦਾ ਕੋਈ ਕਿਸੇ ਨੂੰ ਇਨਸਾਫ਼ ਦੇ ਸਕਦਾ। ਵੇਖੋ ਜੀ, ਉਹ ਸਾਰੀ ਦੁਨੀਆ ਇਹ ਕਹਿੰਦੀ ਆ, ਸਭ ਲੋਕਾਂ ਨੂੰ ਪਤਾ ਵਾ ਕਿ ਬਾਦਲ ਦਾ ਪਰਿਵਾਰ ਜਿਹੜਾ ਅਤੇ ਕੁਝ ਅਫਸਰ ਨੇ ਜਿਹੜੇ ਇਹਦੇ ਵਿੱਚ ਇਨਵੋਲਵ ਨੇ, ਕੁਝ ਅਫਸਰ ਤਾਂ ਜਿਹੜੇ ਨੇ ਉਹ ਜੇਲ੍ਹ 'ਚ ਜਾ ਚੁੱਕੇ ਨੇ, ਕੁਝ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਨੇ, ਲੇਕਿਨ ਇਹ ਜਿਹੜੇ ਲੋਕ ਮੇਨ ਜਿਹੜੇ ਮਗਰਮੱਛ ਆ ਉਹ ਡਰਦੇ ਨੇ ਇਸ ਗੱਲ ਤੋਂ, ਇਸ ਕਰਕੇ ਉਹ ਆਪਣਾ ਅਸਰ ਸੁੱਖ ਵਰਤ ਕੇ ਇਹ ਜਿਹੜੀ ਸਿੱਟ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਪ੍ਰਭਾਵਿਤ ਕਰ ਰਹੇ ਨੇ। ਉਹ ਤਾਂ ਹਰ ਇੱਕ 'ਤੇ ਕੋਈ ਕਮਿਸ਼ਨ ਬਣਾ ਦਿਓ, ਈਵਨ ਉਹਨਾਂ ਨੇ ਆਪ ਵੀ ਇੱਕ ਕਮਿਸ਼ਨ ਬਣਾਇਆ ਸੀਗਾ ਜੋਰਾ ਸਿੰਘ ਦਾ, ਲੇਕਿਨ ਉਸ ਕਮਿਸ਼ਨ ਦੀ ਰਿਪੋਰਟ ਵੀ ਜਿਹੜੀ ਆ ਉਹਨਾਂ ਨੇ ਛਾਇਆ ਨਹੀਂ ਕੀਤੀ, ਕਿਉਂਕਿ ਉਹ ਕਮਿਸ਼ਨ ਦੀ ਰਿਪੋਰਟ ਨੇ ਵੀ ਉਹਨਾਂ ਨੂੰ ਦੋਸ਼ੀ ਜਿਹੜਾ ਵਾ ਉਹ ਠਹਿਰਾਇਆ ਸੀਗਾ। ਸੋ ਇਸ ਕਰਕੇ ਉਹ ਤਾਂ ਕਹਿਣਗੇ ਕੋਈ ਵੀ ਸਾਡੀ ਇਨਕੁਆਇਰੀ ਨਾ ਕਰੇ, ਉਹ ਤਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਕਿ ਸਭ ਕੁਝ ਜੋ ਆ ਉਹਨਾਂ ਦੇ ਵਿੱਚ ਹੀ ਇਹ ਸਭ ਗੜਬੜਿਆ। ਔਰ ਬਾਦਲ ਹੀ ਜ਼ਿੰਮੇਵਾਰ ਨੇ ਇਹ ਚੀਜ਼ ਦੇ, ਉਹ ਇਸ ਗੱਲ ਤੋਂ ਕਦੀ ਨਹੀਂ ਬਚ ਸਕਦੇ, ਉਹ ਇਹੋ ਜਿਹੀ ਹਰਬੇ ਵਰਤ ਕੇ ਬਚ ਨਹੀਂ ਸਕਦੇ। ਪਰਮਾਤਮਾ ਦੇ ਘਰ ਦੇ ਰਹਨੇ ਨੇਗਾ, ਉਹਨਾਂ ਨੂੰ ਜ਼ਰੂਰ ਇਸ ਗੱਲ ਦੇ ਵਿੱਚ ਸਜ਼ਾ ਮਿਲੇਗੀ, ਕਿਉਂਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਾਣ ਬੁੱਝ ਕੇ ਲਾਲਚ ਲੋਭ 'ਚ ਆ ਕੇ ਆਪਣੀ ਸੱਤਾ ਨੂੰ ਪ੍ਰਾਪਤ ਕਰਨ ਵਾਸਤੇ ਇਹ ਸਾਰਾ ਜਿਹੜਾ ਪਾਪ ਕੀਤਾ, ਇਹ ਪਾਪ ਦਾ ਫਲ ਜਿਹੜਾ ਉਹਨਾਂ ਨੂੰ ਜ਼ਰੂਰ ਮਿਲੇਗਾ। ਜੋ ਕੁਛ ਵੀ ਹੋਇਆ ਇਹ ਮਾੜਾ ਹੋਇਆ, ਇਹ ਜਾਣ ਬੁੱਝ ਕੇ ਦਖਲਅੰਦਾਜ਼ੀ ਕੀਤੀ ਆ, ਔਰ ਭਾਰਤ ਜਨਤਾ ਪਾਰਟੀ ਅਤੇ ਇਹ ਜਿਹੜੇ ਬਾਦਲ ਕੇ ਆ ਇਹ ਰਲੇ ਹੋਏ ਨੇ, ਔਰ ਇਹ ਕੋਈ ਇਹਨਾਂ ਨੇ ਸਭ ਕੁਛ ਜਿਹੜਾ ਵਾ ਇਹਨੂੰ ਜਾਣ ਬੁੱਝ ਕੇ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।